ਸਿਆਸਤ ਵਪਾਰ ਧਰਮ ਅਤੇ ਫਿਲਮ ਜਗਤ ਦੇ ਨਾਲ ਹੁਣ ਕੈਨੇਡਾ ਤੇ ਅਮਰੀਕਾ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦਿਨਿਕ ਸਵੇਰਾ ਟਾਈਮਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਲੰਧਰ ਡਿਸਟ੍ਰਿਕਟ ਦੀ ਕੋਵਿਡ 19 ਨੂੰ ਲੈ ਕੇ ਜਿਹੜੀ ਇਸ ਸਮੇਂ ਦੀ ਸਥਿਤੀ ਹੈ ਤੇ ਉਹ ਹੁਣ ਤੱਕ ਜਿਹੜੇ ਟੋਟਲ ਪੋਜ਼ਿਟਿਵ ਪੇਸ਼ੈਂਟ ਨੇ ਉਹ 1676 ਨੇ ਜਿਸ ਦੇ ਵਿੱਚੋਂ 55% ਪੇਸ਼ੈਂਟ ਡਿਸਚਾਰਜ ਹੋ ਗਏ ਨੇ ਤੇ ਬਾਕੀ ਪੇਸ਼ੈਂਟ ਐਕਟਿਵ ਕੇਸਸ ਨੇ ਤੇ ਹੁਣ ਤੱਕ ਜਿਹੜੀ ਡੈਥਸ ਨੇ ਉਹ 33 ਡੈਥਸ ਹੋਈਆਂ ਨੇ ਜਲੰਧਰ ਡਿਸਟ੍ਰਿਕਟ ਦੇ ਵਿੱਚ ਤੇ ਜਿੱਦਾਂ ਕਿ ਮੈਂ ਆਪ ਜੀ ਸਾਰਿਆਂ ਨਾਲ ਪਹਿਲਾਂ ਵੀ ਸਾਂਝਾ ਕਰ ਚੁੱਕਿਆ ਕਿ ਸਾਡਾ ਪ੍ਰਾਇਮਰੀ ਫੋਕਸ ਹੈ ਮੌਤ ਨੂੰ ਬਚਾਉਣਾ ਤੇ ਹਾਲਾਂਕਿ ਜਿਹੜਾ ਜਲੰਧਰ ਦੀ ਐਸਐਚ ਆਪਾਂ ਪੋਜ਼ਿਟਿਵ ਕੇਸਸ ਦੇਖਦੇ ਨੇ ਤੇ ਉਹ ਦੂਜੇ ਨੰਬਰ ਤੇ ਲੁਧਿਆਣੇ ਤੋਂ ਬਾਅਦ ਸਭ ਤੋਂ ਜ਼ਿਆਦਾ ਪੋਜ਼ਿਟਿਵ ਕੇਸਸ ਨੇ ਪਰ ਜਦੋਂ ਅਸੀਂ ਉਹਦੀ ਡੈਥ ਰੇਟਸ ਨੂੰ ਐਨਾਲਾਈਜ਼ ਕਰਦੇ ਹਾਂ ਤੇ ਅੱਜ ਵੀ ਮੈਂ ਦੇਖ ਰਿਹਾ ਸਾਡੀ ਜਿਹੜੀ ਕੇਸ ਫੈਟੈਲਿਟੀ ਰੇਟ ਜਾਂ ਡੈਥ ਰੇਟ ਹੈ ਉਹ 2% ਤੋਂ ਘੱਟ ਹੈ 1.97% ਹੈ ਤੇ CFR ਦੇ ਵਿੱਚ ਸਾਡਾ ਨੰਬਰ 13ਵੇਂ ਨੰਬਰ ਤੇ ਹੈ ਤੇ ਅਸੀਂ ਹੋਰ ਕੋਸ਼ਿਸ਼ ਕਰ ਰਹੇ ਹਾਂ ਵੀ ਡੈਥ ਰੇਟ ਨੂੰ ਘਟਾ ਕੇ CFR ਨੂੰ ਹੋਰ ਘਟਾਇਆ ਜਾਵੇ ਸੋ ਪ੍ਰਾਇਮਰੀ ਫੋਕਸ ਸਾਡਾ ਆਹੀ ਹੈ ਵੀ ਅਸੀਂ ਡੈਥ ਰੇਟ ਤੇ ਕੰਟਰੋਲ ਕਰ ਰਹੀਏ ਜਿਹਦੇ ਵਿੱਚ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਾ ਹਾਂ ਵੀ ਆਪਾਂ ਓਲਡ ਏਜ ਤੇ ਕੋਮੋਰਬਿਡ ਪੇਸ਼ੈਂਟਸ ਖਾਸ ਕਰ ਡਾਇਬਟੀਜ਼ ਜਾਂ 슈ਗਰ ਦੀ ਜਿਨ੍ਹਾਂ ਨੂੰ ਸ਼ਿਕਾਇਤ ਹੈ ਉਹਨਾਂ ਦਾ ਖਾਸ ਕਰ ਧਿਆਨ ਰੱਖਿਏ ਤੇ ਉਹਨਾਂ ਨੂੰ ਪ੍ਰਾਇੋਰਟੀ ਤੇ ਥੋੜਾ ਜਿਹਾ ਵੀ ਸਿੰਪਟਮ ਹੁੰਦਾ ਤਾਂ ਆਪਾਂ ਚੈੱਕ ਕਰਾਈਏ ਜਿਸ ਦੇ ਕਰਕੇ ਆਪਾਂ अर्ली डिटेक्शन ਤੇ ਇਲਾਜ ਵੱਲ ਤੁਰ ਸਕਦੇ ਆ ਆ ਪਿੱਛੇ ਅਸੀਂ ਜਿਹੜੀ ਸਾਡੀ ਸਿਵਲ ਹਸਪੀਟਲ ਹੈ ਉਹਨੂੰ ਡੈਡੀਕੇਟਿਡ ਕੋਵਿਡ ਹਸਪੀਟਲ ਹੀ ਡਿਕਲੇਅਰ ਕਰਵਾ ਲਿਆ ਹੈ ਅਸੀਂ ਉਹਦੇ ਵਿੱਚ ਪਾਈਪਡ ਆਕਸੀਜਨ ਸਪਲਾਈ ਦਾ ਕੰਮ ਚੱਲ ਰਿਹਾ ਹੈ ਉਹਦੇ ਵਿੱਚ ਟੋਟਲ ਸਿਵਲ ਹਸਪੀਟਲ ਤੇ 340 ਬੈੱਡ ਨੇ ਉਹ ਹਫਤੇ 10 ਦਿਨ ਦੇ ਅੰਦਰ ਅੰਦਰ ਸਾਰੇ 340 ਦੇ 340 ਬੈੱਡ ਪਾਈਪਡ ਆਕਸੀਜਨ ਸਪਲਾਈ ਦੇ ਨਾਲ ਮੁਕੰਮਲ ਕਰ ਲਿਤਾ ਜਾਊਗਾ ਉਸ ਤੋਂ ਇਲਾਵਾ ਸਾਡੇ ਕੋਲ ਤਿੰਨ ਅਰਬਨ ਸੀਐਚਸੀਜ਼ ਨੇ ਉੱਥੇ ਵੀ ਪਾਈਪਡ ਆਕਸੀਜਨ ਸਪਲਾਈ ਦਾ ਕੰਮ ਚੱਲ ਰਿਹਾ ਹੈ ਜਿਹੜੀ ਅਰਬਨ ਸੀਐਚਸੀ ਬਸਤੀ ਗੂਜਾਨ ਦੇ ਵਿੱਚ ਪਾਈਪਡ ਆਕਸੀਜਨ ਸਪਲਾਈ ਦਾ ਕੰਮ ਮੁਕੰਮਲ ਹੋ ਗਿਆ ਤੇ ਦਾਦਾ ਕਲੋਨੀ ਦੇ ਵਿੱਚ ਵੀ ਪਾਈਪਡ ਆਕਸੀਜਨ ਸਪਲਾਈ ਦਾ ਕੰਮ ਇੱਕ ਦੋ ਦਿਨਾਂ ਚ ਮੁਕੰਮਲ ਹੋ ਜਾਊਗਾ ਤਾਂ ਅਸੀਂ ਜਿਹੜੀ ਸੀਐਚਸੀ ਦੇ ਵੀ ਤਿਆਰ ਕਰ ਰਹੇ ਆ ਵੀ ਕੱਲ ਨੂੰ ਸਾਡੇ ਕੋਲ ਇਸ ਟਾਈਪ ਦੀ ਪਾਈਪਡ ਆਕਸੀਜਨ ਸਪਲਾਈ ਦੇ ਸਫੀਸ਼ੀਐਂਟ ਬੈਡ ਸਰਕਾਰੀ ਫੈਸਿਲਿਟੀਆਂ ਦੇ ਵਿੱਚ ਅਵੇਲੇਬਲ ਹੋਣ ਸਭ ਤੋਂ ਜਿਹੜੀ ਮੈਂ ਇੰਪੋਰਟੈਂਟ ਗੱਲ ਅੱਜ ਆਪ ਜੀ ਸਾਰਿਆਂ ਨਾਲ ਸਾਂਝੀ ਕਰਨਾ ਚਾਹੁੰਦਾ ਉਹ ਹੈ ਵੀ ਪਿੱਛੇ ਪੰਜਾਬ ਸਰਕਾਰ ਨੇ ਪ੍ਰਾਈਵੇਟ ਹਸਪੀਟਲਸ ਦੇ ਸਾਰੇ ਰੇਟ ਅਨਾਉਂਸ ਕਰਤੇ ਸੀਗੇ ਵੀ ਕਿੰਨੇ ਮੈਕਸਿਮਮ ਵੱਧ ਤੋਂ ਵੱਧ ਰੇਟ ਨੇ ਜਿਹੜੇ ਕਿ ਪ੍ਰਾਈਵੇਟ ਹਸਪੀਟਲ ਜਿਹੜੇ ਕੋਵਿਡ ਪੇਸ਼ੈਂਟ ਨੂੰ ਡੀਲ ਕਰਨਗੇ ਉਹ ਚਾਰਜ ਕਰ ਸਕਦੇ ਨੇ ਤੇ ਉਹਦੇ ਵਿੱਚ ਜਿਹੜੀ ਚਾਰ ਕੈਟਾਗਰੀ ਉਹਨਾਂ ਨੇ ਬਣਾਈ ਹੈ ਇੱਕ ਮਾਈਲਡ ਪੇਸ਼ੈਂਟਸ ਦੀ ਇੱਕ ਮੋਡਰੇਟ ਪੇਸ਼ੈਂਟਸ ਦੀ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਹੋ ਮਾਈਲਡ ਮੋਡਰੇਟ ਸਿਕਨੈਸ ਸੀਵੀਅਰ ਸਿਕਨੈਸ ਜਿਹਦੇ ਵਿੱਚ ਤੁਹਾਨੂੰ ਆਈਸੀਯੂ ਬੈਡ ਦੀ ਲੋਡ ਹੈ ਵਿਦ ਵੈਂਟੀਲੇਟਰ ਤੇ ਵਿਦਾਊਟ ਵੈਂਟੀਲੇਟਰ ਤੇ ਉਹਦੇ ਵਿੱਚ ਜਿਹੜੇ ਤਿੰਨ ਕੈਟੇਗਰੀਜ਼ ਆਫ ਹਸਪੀਟਲ ਇਹਨਾਂ ਨੇ ਬਣਾਏ ਨੇ ਜਿਹਦੇ ਵਿੱਚ ਜਿਹੜੇ ਕਿ ਐਨਏਬੀਐਸ ਤੋਂ ਮਾਨਤਾ ਪ੍ਰਾਪਤ ਨਹੀਂ ਹੈ ਤੇ ਇੱਕ ਐਨਏਬੀਐਸ ਤੋਂ ਜਿਹੜੇ ਮਾਨਤਾ ਪ੍ਰਾਪਤ ਹਸਪੀਟਲ ਨੇ ਤੇ ਬਾਕੀ ਜਿਹੜੇ ਪ੍ਰਾਈਵੇਟ ਮੈਡੀਕਲ ਕਾਲਜੇਸ ਤੇ ਉਹ ਹਸਪੀਟਲ ਨੇ ਸੋ ਉਹ ਜਿਹੜੇ ਰੇਟ ਹੈ ਮਾਈਲਡ ਕੇਸਸ ਦੇ ਵਿੱਚ ਹਾਲਾਂਕਿ ਮਾਈਲਡ ਕੇਸਸ ਦੇ ਵਿੱਚ ਪੇਸ਼ੈਂਟ ਦੇ ਕੋਲ ਜੇਕਰ ਫੈਸਿਲਿਟੀਆਂ ਹੈ ਕੋਈ ਕੋਮੋਰਬਿਡਿਟੀ ਨਹੀਂ ਹੈ ਤੁਸੀਂ ਹੋਮ ਆਈਸੋਲੇਸ਼ਨ 'ਚ ਵੀ ਰਹਿ ਸਕਦੇ ਹੋ ਜਾਂ ਗਵਰਨਮੈਂਟ ਦੀ ਫੈਸਿਲਿਟੀ 'ਤੇ ਵੀ ਜਾ ਸਕਦੇ ਹੋ ਪਰ ਕੁਝ ਪੇਸ਼ੈਂਟ ਨਹੀਂ ਪ੍ਰਿਫਰ ਕਰਦੇ ਗਵਰਨਮੈਂਟ ਦੇ ਵਿੱਚ ਜਾਂ ਹੋਮ ਆਈਸੋਲੇਸ਼ਨ ਦੇ ਵਿੱਚ ਤੇ ਉਹ ਵੀ ਹਸਪੀਟਲਸ ਦੇ ਵਿੱਚ ਜਾ ਸਕਦੇ ਨੇ ਤੇ ਉਹਨਾਂ ਦੇ ਲਈ ਜਿਹੜਾ ਰੇਟ ਹੈ ਉਹ 4500 ਜਿਹੜਾ ਰੇਟ ਹੈ ਨਾਨ NABH ਦਾ 5500 NABH ਅਕ੍ਰੈਡੀਟਿਡ ਤੇ 6500 ਜਿਹੜਾ ਹੈਗਾ ਪ੍ਰਾਈਵੇਟ ਮੈਡੀਕਲ ਕਾਲਜes ਦਾ ਜਿਹੜਾ ਰੇਟ ਰੱਖਿਆ ਉਦਾਂ ਹੀ ਵੱਖ-ਵੱਖ ਕੈਟਾਗਰੀ ਦਾ ਰੇਟਸ ਹਨ ਜਿਹੜੇ ਕਿ ਰੇਟ ਜੇਕਰ ਆਈਸੀਯੂ ਦੇ ਵਿੱਚ ਵਿਦ ਵੈਂਟੀਲੇਟਰ ਤੁਸੀਂ ਐਡਮਿਟਡ ਹੋ ਤਾਂ ਵੱਧ ਤੋਂ ਵੱਧ ਜਿਹੜਾ ਰੇਟ ਪ੍ਰਾਈਵੇਟ ਮੈਡੀਕਲ ਕਾਲਜ ਦੇ ਵਿੱਚ 18000 ਫਿਕਸ ਕੀਤਾ ਗਿਆ ਤੇ ਇਹਦੇ ਵਿੱਚ ਜਿਹੜੇ ਨੋਟ ਕਰਨ ਵਾਲੀ ਗੱਲ ਹੈ ਕਿ ਪੀਪੀਈ ਕਿਟ ਦੀ ਕਾਸਟ ਇਨਕਲੂਸਿਵ ਹੈ ਤੇ ਇਹਦੇ ਵਿੱਚ ਬਾਕੀ ਵੀ ਆਲਮੋਸਟ ਇੱਕ ਪੈਕੇਜ ਕਾਸਟ ਹੈ ਵੱਧ ਤੋਂ ਵੱਧ ਜਿਹੜਾ ਹੈਗਾ ਦਿਸ ਇਜ਼ ਦੀ ਇਸ ਤੋਂ ਜ਼ਿਆਦਾ ਨਹੀਂ ਚਾਰਜ ਕਰ ਸਕਦੇ ਕੋਈ ਪ੍ਰਾਈਵੇਟ ਹਸਪੀਟਲ ਇਸ ਤੋਂ ਘੱਟ ਚਾਰਜ ਕਰ ਸਕਦਾ ਹੈ ਇਹ ਸੀਲਿੰਗ ਹੈ ਤੇ ਇਹਦੇ ਵਿੱਚ ਜਿਹੜੀ ਹੈ ਡਿਟੇਲ ਗਾਈਡਲਾਈਨ ਤੁਸੀਂ ਸਾਡੇ ਵੈਬ ਪੇਜ ਤੇ ਵੀ ਅਵੇਲੇਬਲ ਹੈ ਪੂਰੀ ਗਾਈਡਲਾਈਨ ਇਹਦੇ ਵਿੱਚ ਕੀ ਫਿਕਸ ਹੋਇਆ ਕੀ ਇਹਦੇ ਵਿੱਚ ਇਨਕਲੂਜਨ ਹੈ ਕੀ ਐਕਸਕਲੂਜਨ ਹੈ ਉਹ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਤੇ ਇਸ ਤੋਂ ਬਾਅਦ ਜਦੋਂ ਅਸੀਂ ਖਾਸ ਕਰ ਸਾਰੇ ਮੈਡੀਕਲ ਇੱਥੇ ਜਿਹੜੇ ਇੰਸਟੀਟਿਊਸ਼ਨਸ ਨੇ ਪ੍ਰਾਈਵੇਟ ਅਲੋਂਗ ਵਿਦ ਪਿੰਮ ਸਾਡੇ ਲਗਾਤਾਰ ਮੀਟਿੰਗ ਚੱਲ ਰਹੀ ਸੀਗੀ ਜਲੰਧਰ ਦੀ ਜਿਹੜੀ ਮੈਂ ਆ ਕੇ ਇੱਕ ਨੋਟਿਸ ਕੀਤਾ ਕਿ ਇੱਥੇ ਪ੍ਰਾਈਵੇਟ ਇੰਸਟੀਟਿਊਸ਼ਨ ਹਲੇ ਤੱਕ ਕੋਵਿਡ ਪੋਜ਼ਿਟਿਵ ਪੇਸ਼ੈਂਟਸ ਨੂੰ ਡੀਲ ਨਹੀਂ ਕਰ ਰਹੇ ਸੀਗੇ ਇਸ ਕਰਕੇ ਜਲੰਧਰ ਨਿਵਾਸੀਆਂ ਨੂੰ ਜਾਂ ਤਾਂ ਲੁਧਿਆਣੇ ਜਾਂ ਅੰਮ੍ਰਿਤਸਰ ਇਲਾਜ ਲਈ ਜਾਣਾ ਪੈਂਦਾ ਸੀਗਾ ਬਟ ਮੈਨੂੰ ਅੱਜ ਖੁਸ਼ੀ ਹੋ ਰਹੀ ਹੈ ਆਪ ਜੀ ਦੇ ਨਾਲ ਸਾਂਝਾ ਕਰਦੇ ਹੋਏ ਵੀ ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਪੀਮਸ ਜਿਹੜੇ ਜਲੰਧਰ ਹੈ ਹੁਣ ਉਹਨਾਂ ਨੇ ਤਿਆਰੀ ਸਾਡੇ ਇਸ ਤੋਂ ਬਾਅਦ ਕਰ ਲਈ ਹੈ ਤੇ 23 ਜੁਲਾਈ ਤੋਂ ਇਹ ਆਨ ਆਲਾ ਵੀਰਵਾਰ ਤੋਂ ਕੋਈ ਵੀ ਪੇਸ਼ੈਂਟ ਉੱਥੇ ਜਿਹੜਾ ਐਡਮਿਟ ਹੋਣਾ ਚਾਹੁੰਦਾ ਹੈ ਪ੍ਰਾਈਵੇਟਲੀ ਉਹ ਹੋ ਸਕਦਾ ਸੋ ਪੀਮਸ ਜਲੰਧਰ ਇੱਕ ਵੱਡਾ ਇੰਸਟੀਟਿਊਸ਼ਨ ਹੈ ਤੇ ਉਹ سٹਾਰਟ ਕਰਨਗੇ تقریبا ਉਹਨਾਂ ਦੇ ਕੋਲ ਤਿੰਨ ਲੈਵਲ ਤੱਕ ਹੈ ਪਹਿਲਾ ਉਹ ਬੀ ਬੈਡ ਆਪਰੇਸ਼ਨਲਾਈਜ਼ ਕਰਨਗੇ ਫਿਰ ਅੱਗੇ ਜਰੂਰ ਪੈਂਦੀ ਹੈ ਤੇ ਇੱਕ ਫਲੋਰ ਤੇ 120 ਬੈੱਡ ਤੱਕ ਪਾਈਪਡ ਆਕਸੀਜਨ ਵੀ ਉਹ ਜਾ ਸਕਦੇ ਨੇ ਤੇ ਉਹਦੇ ਨਾਲ ਸਾਡੇ ਕੋਲ ਬੈੱਡਸ ਦੇ ਵਿੱਚ ਕਾਫੀ ਇਜ਼ਾਫਾ ਹੋਏਗਾ ਪਲੱਸ ਸਾਰੇ ਜਲੰਧਰ ਨਿਵਾਸੀਓਂ ਨੇ ਇਹ ਸਹੂਲਤ ਮਿਲੇਗੀ ਉਹ ਪਿੰਮਸ ਇਹ 23 ਜੁਲਾਈ ਤੋਂ ਬਾਅਦ ਕਦੇ ਵੀ ਕੋਈ ਵੀ ਪ੍ਰਾਈਵੇਟ ਪੇਸ਼ੈਂਟ ਜਿਹੜਾ ਜਾਣਾ ਚਾਵੇ ਆਪਣੇ ਇਲਾਜ ਲਈ ਉਹ ਉੱਥੇ ਪਿੰਮਸ ਅਪਰੋਚ ਕਰ ਸਕਦਾ ਉਸ ਤੋਂ ਇਲਾਵਾ ਸਾਡੀ ਲਗਾਤਾਰ ਮੀਟਿੰਗ ਜਿਹੜੀ ਹੈ ਜਲੰਧਰ ਦੇ ਸਾਰੇ ਪ੍ਰਾਈਵੇਟ ਹਸਪੀਟਲਸ ਨਾਲ ਮੀਟਿੰਗਸ ਚੱਲ ਰਹੀਆਂ ਨੇ ਤਾਂ ਪਹਿਲਾਂ ਵੀ ਇੱਕ ਆਈਐਮਈ ਦੀ ਸ਼ਾਹਕੋਟ ਫੈਸਿਲਿਟੀਆਂ ਆਪਰੇਸ਼ਨਲ ਹੈ ਜਿੱਥੇ 10 ਜਲੰਧਰ ਦੇ ਹਸਪੀਟਲ ਨੇ ਪੂਲ ਕਰਕੇ ਉੱਥੇ ਇੱਕ ਫੈਸਿਲਿਟੀ ਬਣਾਈ ਹੈ ਉਹ ਵੀ ਆਪਰੇਸ਼ਨਲ ਹੈ ਜਿੱਥੇ ਕਿ ਲੈਵਲ 2 ਬੈਡ 25 ਨੇ ਤੇ ਲੈਵਲ 3 ਬੈਡ 10 ਨੇ ਇਸ ਤੋਂ ਇਲਾਵਾ 3-4 ਹਸਪੀਟਲ ਨਿਊ ਰੋਬੀ ਹਸਪੀਟਲ ਮਾਨ ਮੈਡੀ ਸਿਟੀ ਗੁਲਾਬਦੇਵੀ ਹਸਪੀਟਲ ਜੋਸ਼ੀ ਹਸਪੀਟਲ ਇਹ ਵੀ ਇੱਕ ਜੁਆਇੰਟ ਵੈਂਚਰ ਦੇ ਵਿੱਚ ਗੁਲਾਬਦੇਵੀ ਹਸਪੀਟਲ ਦੇ ਵਿੱਚ ਇਹ ਕ੍ਰੀਏਟ ਕਰ ਰਹੇ ਨੇ ਜਿਹੜੀ ਹਾਲ ਦੀ ਘੜੀ ਇਹ ਕਹਿ ਰਹੇ ਨੇ ਅਸੀਂ ਲੈਵਲ 2 ਬੈਡ 22 ਬਣਾਵਾਂਗੇ ਤੇ ਲੈਵਲ 3 ਬੈਡ विद uh, वेंटिलेटर 8 ਜਿਹੜਾ ਹੈਗੇ ਇਹ ਤੁਸੀਂ ਸਕਰੀਨ ਤੇ ਵੀ ਦੇਖ ਸਕਦੇ ਹੋ ਇਹ ਟੈਂਟੇਟਿਵਲੀ ਟਾਈਮ ਲਾਈਨ ਦੇ ਰਹੇ ਨੇ ਕਿ 1 ਅਗਸਤ ਤੋਂ ਸੋ ਇਹਨਾਂ ਨੇ 10 ਦਿਨ ਦਾ ਤਕਰੀਬਨ ਸਮਾਂ ਮੰਗਿਆ ਕਿ ਉਹ ਆਪਣਾ ਸਾਰਾ ਸੈਪਰੇਟ ਫਲੋਰ ਕਰ ਲੈਣ ਸਾਰੇ ਪੀਪੀ ਡੋਨਿੰਗ ਏਰੀਆ ਡਾਫਿੰਗ ਏਰੀਆ ਬਣਾ ਲੈਣ ਤਾਂ ਕਿ ਇਹ ਅਗਸਤ ਪਹਿਲੇ ਹਫਤੇ ਤੋਂ ਸਾਡੇ ਕੋਲ ਕਾਫੀ ਹੋਰ ਹਸਪਤਲ ਵੀ ਨੇ ਜਿਹੜੇ ਆਪਰੇਸ਼ਨਲ ਹੋ ਜਾਣਗੇ ਜਿਹਦੇ ਵਿੱਚ ਕਿਡਨੀ ਹਸਪਤਲ ਆਰਮਾਨ ਹਸਪਤਲ ਰਤਨ ਹਸਪਤਲ ਸੈਕਰਡ ਹਾਰਟ ਹਸਪੀਟਲ ਸ਼੍ਰੀਮਾਨ ਹਸਪੀਟਲ ਜੋਸ਼ੀ ਹਸਪੀਟਲ ਸਰਵੋਦਯ ਹਸਪੀਟਲ ਐਂਡ ਕੈਪੀਟਲ ਹਸਪੀਟਲ ਵੀ ਇਹ ਜਿਹੜੇ ਹੈ ਸਾਰੇ ਪਲੈਨਿੰਗ ਸਟੇजेस ਦੇ ਵਿੱਚ ਹੈ ਮੈਂ ਕੁਝ ਸਕਰੀਨ ਦੇ ਉੱਤੇ ਇਹਨਾਂ ਦੇ ਸਾਰਿਆਂ ਦੀ ਤੁਸੀਂ ਕੁਝ ਕੁਝ ਬੈਡਸ ਤੇ ਟੈਂਟੇਟਿਵ ਡੇਟ ਤਕਰੀਬਨ ਇਹ ਸਾਰੇ ਹਸਪੀਟਲ ਲਈ ਅਗਸਤ ਦੇ ਪਹਿਲੇ ਹਫਤੇ ਚੋਂ ਆਪਰੇਸ਼ਨਲ ਹੋ ਜਾਣਗੇ ਐਂਡ ਇੱਥੇ ਕੋਈ ਵੀ ਜਲੰਧਰ ਦਾ ਨਿਵਾਸੀ ਇਲਾਜ ਲਈ ਜਾ ਸਕਦਾ ਹੈ ਇੱਥੇ ਬਸ ਇਹੀ ਮੈਂ ਕਹਿਣਾ ਚਾਹਾਂਗਾ ਵੀ ਇਹ ਇਨਫੋਰਮੇਸ਼ਨ ਹਲੇ ਵਰਕ ਇਨ ਪ੍ਰੋਗਰੈਸ ਹੈ ਮੈਂ ਆਪ ਜੀ ਦੇ ਨਾਲ ਜਦੋਂ ਇਹ ਅਗਸਤ ਤੋਂ ਪਹਿਲਾਂ ਪਹਿਲਾਂ ਅਸੀਂ ਹੋਰ ਡਿਟੇਲ ਦੇ ਵਿੱਚ ਕਿੰਨੇ ਕਿੱਥੇ ਬੈਡ ਆਪਰੇਸ਼ਨਲਾਈਜ਼ ਹੋ ਰਹੇ ਨੇ ਤੇ ਉਹ ਇਨਫੋਰਮੇਸ਼ਨ ਸਾਂਝੀ ਕਰਾਂਗਾ ਇਹ ਸਾਰੀ ਫੈਸਿਲਿਟੀਆਂ ਪ੍ਰਾਈਵੇਟ ਬੇਸਿਸ ਤੇ ਕੋਈ ਵੀ ਇੱਥੇ ਜਾ ਕੇ ਆਪਣੇ ਆਪ ਨੂੰ ਐਡਮਿਟ ਕਰਨਾ ਕਰ ਸਕਦਾ ਹੈ ਤੇ ਇਸ ਤੋਂ ਇਲਾਵਾ ਜੇਕਰ ਗਵਰਨਮੈਂਟ ਨੂੰ ਵੀ ਪਵਿੱਖ ਦੇ ਵਿੱਚ ਕੋਈ ਲੱਗਦਾ ਹੈ ਵੀ ਗਵਰਨਮੈਂਟ ਲੈਵਲ ਤੇ ਫੈਸਿਲਿਟੀਆਂ ਦੇ ਵਿੱਚ ਬੈਡ ਸ਼ਾਰਟੇਜ ਦੀ ਕੋਈ ਸਥਿਤੀ ਆਂਦੀ ਹੈ ਤੇ ਗਵਰਨਮੈਂਟ ਵੀ ਇਹਨਾਂ ਨੂੰ ਰੈਫਰ ਕਰ ਸਕਦੀ ਹੈ ਸੋ ਅਸੀਂ ਚਾਹੁੰਦੇ ਆ ਕਿ ਤਕਰੀਬਨ ਸਾਡੇ ਕੋਲ ਇਸ ਟਾਈਮ 400 ਬੈਡ ਲੈਵਲ 2 ਦੇ ਜਿੱਥੇ ਅਸੀਂ ਪਾਈਪਡ ਆਕਸੀਜਨ ਸਪਲਾਈ ਹੈ ਉਸ ਤੋਂ ਲੈਵਲ 2 ਐਂਡ ਲੈਵਲ 3 ਦੇ ਸਾਡੇ ਕੋਲ 400 ਗਵਰਨਮੈਂਟ ਦੇ ਵਿੱਚ ਹੈ ਪਿੰਸ ਤੋਂ ਮੈਨੂੰ ਉਮੀਦ ਹੈ ਸ਼ਾਇਦ ਜੇਕਰ ਲੋਡ ਪਈ ਐਂਡ ਅੱਗੇ ਸਾਨੂੰ ਬੈਡ ਦੀ ਸ਼ਾਰਟੇਜ ਆਂਦੀ ਤਾਂ ਸ਼ਾਇਦ ਅਸੀਂ 300 ਬੈਡ ਤੱਕ ਵੀ ਪਿੰਸ ਦੇ ਵਿੱਚ ਜਾ ਸਕਦੇ ਹਾਂ ਐਂਡ ਹੌਲੀ ਹੌਲੀ ਅਸੀਂ ਲਗਾਤਾਰ ਇਹਨਾਂ ਦੇ ਨਾਲ ਰਾਬਤਾ ਕਾਇਮ ਰੱਖਾਂਗੇ ਸਾਰੇ ਪ੍ਰਾਈਵੇਟ ਹਸਪੀਟਲਜ਼ ਦੇ ਵਿੱਚ ਤਾਂ ਕਿ ਇੱਥੇ ਵੀ ਅਸੀਂ ਤਕਰੀਬਨ 300 ਬੈੱਡ ਜਿਹੜੇ ਲੈਵਲ 2 ਤੇ ਲੈਵਲ 3 ਕੰਬਾਈਨਡ ਅਸੀਂ ਕ੍ਰੀਏਟ ਕਰ ਲਈਏ ਤੇ ਮੇਰੇ ਕਰੰਟ ਅਸੈਸਮੈਂਟ ਦੇ ਵਿੱਚ ਜੇਕਰ 1000 ਬੈੱਡ ਸਾਡੇ ਕੋਲ ਲੈਵਲ 2 ਐਂਡ ਲੈਵਲ 3 ਜਲੰਧਰ ਸ਼ਹਿਰ ਦੇ ਵਿੱਚ ਹੋਣਗੇ ਤੇ ਅਸੀਂ ਬਹੁਤ ਕੰਫਰਟੇਬਲ ਰਾਂਗੇ ਐਟ ਲੀਸਟ ਜਿਹੜੀ ਹੁਣ ਤੱਕ ਦੀ ਅਸੀਂ ਸਿਚੁਏਸ਼ਨ ਗੇਜ ਕਰ ਰਹੇ ਹਾਂ ਕਿਉਂਕਿ ਇਸ ਟਾਈਮ ਵੀ ਜਿਹੜੇ ਟੋਟਲ ਪੇਸ਼ੈਂਟ ਸਾਡੇ ਕੋਲ ਕਰੰਟਲੀ ਉਹਨ ਆਕਸੀਜਨ ਸਪੋਰਟ ਜਾਂ ਵੈਂਟੀਲੇਟਰ ਹੈ گورਮੈਂਟ ਹਸਪੀਟਲ ਵੀ ਉਹ 10 10 ਦੇ ਆਸ-ਪਾਸ ਹੈ ਸੋ ਹਜ਼ਾਰ ਬੈੱਡ ਦੀ ਤਿਆਰੀ ਨਾਲ ਅਸੀਂ ਇੱਕ ਰੀਜ਼ਨੇਬਲ ਰੀਅਸ਼ੋਰੈਂਸ ਦੇ ਵਿੱਚ ਪਹੁੰਚਾਂਗੇ ਤੇ ਮੇਰੀ ਇਹ ਸਾਰੇ ਹੋਰ ਰਹਿੰਦੇ ਪ੍ਰਾਈਵੇਟ ਹਸਪੀਟਲਸ ਨੂੰ ਵੀ ਬੇਨਤੀ ਹੈ ਅਸੀਂ ਇਹ ਆਉਣ ਵਾਲੇ ਹਫ਼ਤੇ ਦੇ ਵਿੱਚ ਰੋਜ਼ ਇਹਨਾਂ ਨੂੰ ਮਿਲਿਆ ਕਰਾਂਗੇ ਡਿਸਕਸ਼ਨ ਚੱਲੂਗੀ ਤਾਂ ਕਿ ਵੱਧ ਤੋਂ ਵੱਧ ਪ੍ਰਾਈਵੇਟ ਹਸਪੀਟਲ ਸਾਡੇ ਨਾਲ ਜੁੜ ਕੇ ਇਹ ਜਿਹੜੇ ਪੈਂਡੈਮਿਕ ਦੇ ਵਿੱਚ ਅਸੀਂ ਨਾਲ ਇਸ ਦੇ ਵਿੱਚ ਜੰਗ ਲੜਾਂਗੇ ਤੇ ਜਿੱਤਾਂਗੇ ਤੇ ਆਪ ਜੀ ਦਾ ਮੇਰੀ ਹੱਥ ਜੋੜ ਕੇ ਲਾਸ ਦੇ ਵਿੱਚ ਫੇਰ ਆਹੀ اپੀਲ ਹੈ ਕਿ ਜਿਹੜੇ ਸਾਡੇ 올ਡ ਏਜ 60 ਪਲਸ ਪੇਸ਼IENTS ਵਿਦ ਕੋਮੋਰਬਿਡਿਟੀ 슈ਗਰ ਹਾਈਪਰਟੈਨਸ਼ਨ ਕੋਈ ਕੋਰੋਨਰੀ ਆਰਟਰੀ ਡਿਸੀਜ਼ ਇਸ ਟਾਈਪ ਦੀ ਹੋਰ ਕੋਈ ਕੋਮੋਰਬਿਡਿਟੀ ਕੋਈ ਕਿਸੇ ਦਾ ਕੈਂਸਰ ਦੇ ਪੇਸ਼ੈਂਟ ਹੋ ਜਾਂ ਕੋਈ ਹੋਰ ਲੰਗ ਦੀ ਬਿਮਾਰੀ ਹੈ ਤੋ ਉਹ ਜਰੂਰ ਪ੍ਰਾਇੋਰਟੀ ਦੇ ਬੇਸਿਸ ਤੇ ਥੋੜੇ ਜਿਹੀ ਵੀ ਸਿੰਪਟਮ ਆਏ ਜਾਂ ਤੁਹਾਨੂੰ ਲੱਗਦਾ ਤੁਸੀਂ ਕਿਸੇ ਦੇ ਪੋਜ਼ਿਟਿਵ ਪੇਸ਼ੈਂਟ ਦੇ ਕੰਟੈਕਟ ਦੇ ਵਿੱਚ ਰਹੇ ਹੋ ਉਹ ਪ੍ਰਾਇੋਰਟੀ ਦੇ ਵੀ ਜਰੂਰ ਟੈਸਟ ਕਰਾਣ ਬਾਕੀ ਰੋਜ਼ ਦੇ ਹਜ਼ਾਰ ਸੈਂਪਲਸ ਡੇਲੀ ਲਿੱਤੇ ਜਾ ਰਹੇ ਨੇ ਤੇ ਟੈਸਟਿੰਗ ਚੱਲ ਰਹੀ ਹੈ ਤੇ ਅਸੀਂ ਇਹੀ ਚਾਹਾਂਗੇ ਕਿ ਅਸੀਂ ਵੱਧ ਤੋਂ ਵੱਧ अर्ਲੀ ਡਿਟੈਕਸ਼ਨ ਦੇ ਨਾਲ ਜਾਨਾਂ ਬਚਾਈਏ ਤੇ ਸਾਡੀ ਸੀਐਫਆਰ ਹੋਰ ਘੱਟ ਤੋਂ ਘੱਟ ਅਸੀਂ ਉਸ ਨੂੰ ਕਾਬੂ ਦੇ ਵਿੱਚ ਲਈਏ ਤੇ ਜਾਨਾਂ ਬਚਾਈਏ ਧੰਨਵਾਦ ਜੀ ਸਾਰਿਆਂ ਦਾ ਬਹੁਤ ਬਹੁਤ ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक एना चोरा ठगा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटेया विच समाधान फ्री फ्री फ्री, फ्री मियां रफीक मोहम्मद मोबाइल 8437494647 8437494648